ਇਸ ਕਰਕੇ ਨਾ ਤੁਹਾਨੂੰ ਇੱਕ ਸੋਹਣੀ ਸੁਨੱਖੀ ਕੁੜੀ ਚਾਹੀਦੀ ਹੈ ਜਿਹਨੂੰ ਤੁਸੀਂ ਇਸ ਘਰ ਦੇ ਵਿੱਚ ਨਾ ਸ਼ੋਪੀਸ ਬਣਾ ਕੇ ਰੱਖ ਸਕੋ। ਚਾਬੀ ਵਾਲਾ ਗੁੱਡਾ ਜਿਹਨੂੰ ਆਵਾਜ਼ ਮਾਰੋ ਤੇ ਹਾਜ਼ਰ ਹੋ ਜਾਵੇ। ਹਾਏ ਮੇਰੇ ਰੱਬਾ, ਮੈਨੂੰ ਪਹਿਲਾਂ ਇਹ ਸਭ ਕੁਛ ਕਿਉਂ ਨਹੀਂ ਦੱਸਿਆ? ਕਿੱਥੇ ਆ ਕੇ ਫਸ ਗਈ ਮੈਂ। ਅੱਛਾ, ਤੈਨੂੰ ਪਹਿਲਾਂ ਨਹੀਂ ਦੱਸਿਆ? ਕਿਉਂਕਿ ਮੈਂ ਪਹਿਲੇ ਜ਼ਿੰਮੇਵਾਰੀ ਦੀ ਗੱਲ ਨਹੀਂ ਕੀਤੀ। ਹੁਣ ਜੇ ਮੈਂ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ ਨਾ, ਤੇ ਅਰਮਾਨ ਮਾੜਾ ਹੋ ਗਿਆ। ਗਲਤ ਤਾਂ ਮੈਂ ਸੀ, ਬੁੱਧੂ ਸੀ, ਬੁੱਧੂ ਅੰਨੀ ਹੋ ਗਈ ਸੀ ਤੁਹਾਡੇ ਪਿਆਰ 'ਚ। ਆਪਣੇ ਆਪ ਨੂੰ ਇਹ ਸਮਝਾਉਂਦੀ ਰਹੀ ਕਿ ਇਹ ਮੁੰਡਾ ਤਾਂ ਸਾਰਿਆਂ ਤੋਂ ਅੱਡ ਹੈ, ਇਹਨੂੰ ਸੱਚਾ ਪਿਆਰ ਕਰੂਗਾ, ਇਹਨੂੰ ਤਾਂ ਖੁਸ਼ ਰੱਖੂਗਾ, ਹਮੇਸ਼ਾ ਮੇਰੇ ਨਾਲ ਰਹੂਗਾ। ਫਿਰ ਕੀ ਹੋਇਆ ਜੇ ਮੈਨੂੰ ਕੁਛ ਆਉਂਦਾ ਨਹੀਂ ਹੈ ਤਾਂ? ਘੱਟੋ ਘੱਟ ਮੇਰੀ ਕੋਸ਼ਿਸ਼ਾਂ ਦੇਖ ਕੇ ਤਾਂ ਖੁਸ਼ ਹੋ ਜਾਏਗਾ। ਪਰ ਮੈਨੂੰ ਕੀ ਪਤਾ ਸੀ ਕਿ ਮੈਂ ਹੀ ਗਲਤ ਹਾਂ। ਮੈਨੂੰ ਤਾਂ ਲੱਗਾ ਸੀ ਮੇਰੇ ਬਰਾਬਰ ਦੀ ਜ਼ਿੰਮੇਵਾਰੀ ਸਾਂਭੂਗਾ। ਜੇ ਤੂੰ ਨਾ ਕੋਈ ਜ਼ਿੰਮੇਵਾਰੀ ਸਾਂਭੀ ਹੁੰਦੀ ਤੇ ਮੈਂ ਬਰਾਬਰ ਦੀ ਜ਼ਿੰਮੇਵਾਰੀ ਸਾਂਭਦਾ। ਕਿਹੜੀ ਜ਼ਿੰਮੇਵਾਰੀ ਨਹੀਂ ਸਾਂਭੀ ਮੈਂ? ਕਦੇ ਕੋਈ ਜ਼ਿੰਮੇਵਾਰੀ ਨਹੀਂ ਸਾਂਭੀ? ਮੈਂ ਉਹ ਕੁੜੀ ਹਾਂ ਜਿਹਨੇ ਕਦੇ ਕਿਸੇ ਜਵਾਕ ਨੂੰ ਨਹੀਂ ਸਾਂਭਿਆ, ਪਰ ਤੁਹਾਡੇ ਪੁੱਤ ਨੂੰ ਸਾਂਭਿਆ, ਉਸ ਦੇਸ਼ੋ ਦੇ ਪੁੱਤ ਨੂੰ ਸੰਭਾਲਿਆ, ਉਹਨੂੰ ਆਪਣਾ ਪੁੱਤ ਸਮਝ ਕੇ ਨਾ ਪਿਆਰ ਕਰਨ ਲੱਗ ਪਈ ਸੀ। ਹੋਰ ਨਹੀਂ ਤਾਂ ਆਪਣੇ ਪੇਰੈਂਟਸ ਵੱਲ ਵੇਖ ਲਓ, ਜਿਹੜੇ ਮੈਨੂੰ ਦੇਖ ਕੇ ਰਾਜ਼ੀ ਨਹੀਂ। ਉਹਨਾਂ ਨੂੰ ਵੀ ਖੁਸ਼ ਕਰਨ ਦੀ ਕਿੰਨੀ ਕੋਸ਼ਿਸ਼ ਕੀਤੀ ਮੈਂ, ਪਰ ਕੀ ਫਾਇਦਾ ਹੋਇਆ? ਉਹਨਾਂ ਨੂੰ ਤਾਂ ਇਹ ਲੱਗਦਾ ਕਿ ਮੈਂ ਤਾਂ ਕਦੇ ਕੁਝ ਚੰਗਾ ਕਰ ਹੀ ਨਹੀਂ ਸਕਦੀ। ਕਿੰਨੀ ਮੂਰਖ ਹਾਂ, ਪਾਗਲ ਹਾਂ ਮੈਂ, ਪਾਗਲ। ਇਸ ਜਗ੍ਹਾ ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੈਨੂੰ ਛੋਟੀ ਜੀ ਨੂੰ ਸੁਪਨਾ ਵਿਖਾਇਆ ਕਿ ਕੋਈ ਜਿੰਨਾ ਮਰਜ਼ੀ ਚਾਹੇ ਉਨਾ ਵੱਡਾ ਹੋ ਸਕਦਾ, ਪਰ ਹੁਣ ਵੇਲਾ ਆ ਗਿਆ ਇਸ ਜਗ੍ਹਾ ਨੂੰ ਛੱਡ ਕੇ ਜਾਣ ਦਾ। ਆਪਣੇ ਪੁੱਤ ਲਈ, ਆਪਣੇ ਪੂਰਬ ਲਈ ਮੈਨੂੰ ਇੱਕ ਵਾਰ ਫਿਰ ਉਸ ਥਾਂ ਤੇ ਜਾਣਾ ਪਊਗਾ ਜਿਹਨੂੰ ਮੈਂ ਛੱਡ ਕੇ ਆਈ ਸੀ। ਉਹ ਦੁਨੀਆ ਜਿੱਥੇ ਮੈਂ ਬੜੇ ਚਾਵਾਂ ਨਾਲ ਗਈ ਸੀ, ਮੈਨੂੰ ਲੱਗਦਾ ਸੀ ਉਹ ਦੁਨੀਆ ਮੇਰੇ ਸੁਪਨਿਆਂ ਦੇ ਰਾਜਕੁਮਾਰ ਦੀ ਦੁਨੀਆ ਹੈ। ਉਹ ਰਾਜਕੁਮਾਰ ਜੋ ਮੈਨੂੰ ਬਹੁਤ ਪਿਆਰ ਕਰਦਾ ਹੈ। ਜ਼ਿਆਦਾ ਲੱਗ ਗਈ ਸੀ? ਨਹੀਂ ਜੀ, ਠੀਕ ਹੈ। ਪੱਕਾ ਨਾ? ਹਾਂਜੀ, ਦੇਖ ਲਾ ਹਲੇ ਵੀ। ਨਹੀਂ ਠੀਕ ਹੈ। ਚੱਲ ਚੰਗਾ, ਮੈਂ ਉੱਪਰ ਚੱਲਦਾ, ਤੂੰ ਜਲਦੀ ਆ ਜੀ। ਹਾਂਜੀ। ਮੈਂ ਠੀਕ ਕਰ ਦਿਆਂ? ਤੁਸੀਂ ਡਾਕਟਰ ਹੋ? ਡਾਕਟਰ ਤਾਂ ਨਹੀਂ, ਪਰ ਮਾੜਾ ਮੋਟਾ ਵੈਦ ਹਕੀਮ ਤਾਂ ਸਮਝ ਹੀ ਲੈ। ਵੈਦ ਹਕੀਮ ਨਾ ਮਰਜ਼ ਵਿਗਾੜ ਦਿੰਦੇ ਆ। ਪਰ ਇਹ ਵੈਦ ਤਾਂ ਤੇਰਾ ਪਹਿਲਾ ਹੀ ਮਰੀਜ਼ ਹੈ। ਉਸ ਰਾਜਕੁਮਾਰ ਨੇ ਕਦੇ ਮੈਨੂੰ ਆਪਣੀ ਰਾਜਕੁਮਾਰੀ ਨਹੀਂ ਸਮਝਿਆ। ਕੱਲ੍ਹ ਸਾਰੇ ਬੱਚਿਆਂ ਦੇ ਪਾਪਾ ਜੀ ਆਏ ਸੀ, ਅਤੇ ਉਹ ਜਿਹੜਾ ਹੀਰੋ ਬਣਿਆ ਉਹਦੇ ਪਾਪਾ ਜੀ
ਫਿਰ ਕਹਿੰਦੇ ਉਹ ਬੋਲਦੀ ਹੈ। ਕਿਸੇ ਨੇ ਪੁੱਛਿਆ ਸੀਗਾ ਕਿ ਉਹਦੇ ਪਾਪਾ ਕਿਉਂ ਨਹੀਂ ਆਏ? ਤੇ ਜੇ ਮੈਂ ਕੱਲ੍ਹ ਵਾਲੀ ਮੀਟਿੰਗ ਅਟੈਂਡ ਨਾ ਕਰਦਾ ਨਾ ਤੇ ਬੜਾ ਵੱਡਾ ਕਲਾਇੰਟ ਹੱਥੋਂ ਨਿਕਲ ਜਾਣਾ ਸੀਗਾ। ਤੁਸੀਂ ਕਿੱਥੇ ਜਾ ਰਹੇ ਹੋ ਜੀ? ਉਸੇ ਟ੍ਰਿਪ ਤੇ ਜਿੱਥੇ ਆਪਾਂ ਦੋਵਾਂ ਨੇ ਜਾਣਾ ਸੀਗਾ, ਪਰ ਹੁਣ ਮੈਂ ਇਕੱਲਿਆਂ ਜਾਊਂਗਾ ਤੇਰੀ ਮਿਹਰਬਾਨੀ ਨਾਲ, ਤੇ ਮਜ਼ੇ ਨਾਲ ਨਾ ਆਪਣੀ ਥਕਾਵਟ ਲਾਊਂਗਾ ਦੋ ਦਿਨ ਤੇਰੀ ਚਿੱਕ ਚਿੱਕ ਤੋਂ ਦੂਰ। ਮਨ ਮੰਨਦਾ ਤਾਂ ਨਹੀਂ, ਪਰ ਮੈਨੂੰ ਹੁਣ ਉਸ ਘਰ ਵਿੱਚ ਵਾਪਸ ਜਾਣਾ ਹੀ ਪਊਗਾ ਜਿਸ ਘਰ ਵਿੱਚੋਂ ਬਿਨਾਂ ਕਿਸੇ ਰਸਮ ਤੋਂ ਨਿਕਲ ਆਈ ਸੀ, ਤੇ ਉਸ ਇਨਸਾਨ ਨੂੰ ਰੋਜ਼ ਵੇਖ ਕੇ ਮੇਰੇ ਜ਼ਖਮ ਬਲੂੰਦਰੇ ਜਾਣਗੇ ਹੀ ਜਾਣਗੇ, ਉਹ ਜ਼ਖਮ ਜਿਹੜੇ ਮੈਨੂੰ ਹੋਲੀ ਦੇ ਰੰਗਾਂ ਨਾਲ ਮਿਲੇ ਸੀ। ਸਿੰਪਲ, ਤੂੰ ਕੁਝ ਬੋਲਦੀ ਕਿਉਂ ਨਹੀਂ? ਮੈਂ ਤੈਨੂੰ ਕਿੰਨੀ ਦੇਰ ਦਾ ਆਈ ਲਵ ਯੂ, ਆਈ ਲਵ ਯੂ, ਆਈ ਲਵ ਯੂ ਕਹੀ ਜਾਣਾ, ਤੂੰ ਮੈਨੂੰ ਆਈ ਲਵ ਯੂ ਤੂੰ ਤਾਂ ਕਹਿ ਦੇ ਪਲੀਜ਼। ਆਪਣੇ ਪੁੱਤ ਵਾਸਤੇ ਮੈਨੂੰ ਚੱਲਣਾ ਪਊਗਾ, ਤੇ ਮੈਂ ਚੱਲਾਂਗੀ ਵੀ। ਮੈਂ ਉਸ ਘਰ ਵਿੱਚ ਵਾਪਸ ਜਾਵਾਂਗੀ ਆਪਣੇ ਪੂਰਬ ਖਾਤੇ, ਉਹ ਘਰ ਜਿੱਥੇ ਮੇਰਾ ਪੂਰਬ ਹੈ। ਮੈਂ ਨਾ ਚਲੇ ਹੀ ਜਾਣਾ ਇਸ ਘਰ ਤੋਂ, ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਮੇਰੀ ਤਾਂ। ਬੇਬੀ ਪਰਵਾਹ ਕਿਉਂ ਨਹੀਂ ਹੈਗੀ? ਹੈਗੀ ਪਰਵਾਹ ਤਾਂ ਮੈਂ ਹੈਗਾ ਨਾ। ਖੈਰ ਦੋ, ਜੋ ਵੀ ਤੁਹਾਡੇ ਦਿਲ 'ਚ ਸੀ ਨਾ ਸਭ ਸੁਣ ਲਿਆ ਮੈਂ, ਆ ਗਿਆ ਨਾ ਤੁਹਾਡੀ ਜ਼ੁਬਾਨ 'ਤੇ। ਨਹੀਂ ਨਹੀਂ ਬੇਬੀ, ਉਹ ਤਾਂ ਮੈਂ ਗੁੱਸੇ 'ਚ ਬੋਲ ਗਿਆ ਸੀ। ਹਾਂ ਗੁੱਸੇ 'ਚ ਸੀ ਤਾਂ ਮੇਰੇ ਮੂੰਹ ਦੇ ਉੱਤੇ ਬੋਲ ਦਿੱਤਾ, ਹੰਨਾ ਸਾਰਾ ਕੁਛ ਨਾ ਦਿਲ 'ਚ ਦੱਬੀ ਫਿਰਦੇ। ਨਹੀਂ ਨਹੀਂ ਬੇਬੀ, ਤੂੰ ਗਲਤ ਸਮਝ ਰਹੀ ਹੈ, ਮੇਰੇ ਕਹਿਣ ਦਾ ਮਤਲਬ ਆ ਨਹੀਂ ਸੀ। ਤੁਹਾਡੇ ਕਹਿਣ ਦਾ ਕੀ ਮਤਲਬ ਸੀ? ਇਹੀ ਸੀ ਨਾ, ਜਦ ਦੀ ਮੈਂ ਇਸ ਘਰ ਦੇ ਵਿੱਚ ਆਈ ਹਾਂ ਨਾ, ਤੁਸੀਂ ਇੱਕ ਦਿਨ ਵੀ ਸੁੱਖ ਦਾ ਨਹੀਂ ਕੱਟਿਆ, ਇਹ ਮੈਨੂੰ ਨਹੀਂ ਕਿਹਾ ਤਾਂ ਹੋਰ ਕਿਹਨੂੰ ਕਿਹਾ ਆ? ਨਹੀਂ ਨਹੀਂ ਬੇਬੀ, ਉਹ 'ਚ ਤੇਰਾ ਕੋਈ ਕਸੂਰ ਹੀ ਨਹੀਂ। ਮੇਰੇ ਕਹਿਣ ਦਾ ਮਤਲਬ ਹੈ, ਜਦ ਦੀ ਤੂੰ ਇੱਥੇ ਆਈ ਹੈ ਨਾ, ਦੇਸ਼ੋ ਵੀ ਤਾਂ ਗਈ ਹੈ ਇਸ ਘਰ ਦੇ ਵਿੱਚੋਂ, ਅਤੇ ਜਦ ਦੀ ਉਹ ਗਈ ਹੈ ਨਾ, ਉਹਨੇ ਇੱਕ ਦਿਨ ਵੀ ਨਾ ਸਾਨੂੰ ਚੈਨ ਨਾ ਨਹੀਂ ਕੱਟਣ ਦਿੱਤਾ ਇੱਥੇ। ਆਹੋ, ਤੁਹਾਨੂੰ ਤਾਂ ਹਜੇ ਵੀ ਦੇਸ਼ੇ ਚੇਤੇ ਆਉਂਦੀ ਹੈ ਨਾ, ਕਿਤੇ ਤੁਹਾਨੂੰ ਐ ਤਾਂ ਨਹੀਂ ਲੱਗਦਾ ਕਿ ਉਹਨੂੰ ਇਸ ਘਰ ਤੋਂ ਕੱਢ ਕੇ ਤੁਸੀਂ ਗਲਤੀ ਕੀਤੀ ਹੈ? ਬੇਬੀ ਗਲਤੀ ਕਿਉਂ ਕੀਤੀ ਹੈ? ਉਹ ਨਾ ਮੇਰਾ ਕੀ ਲੈਣ ਦੇਣਾ, ਮੈਂ ਤਾਂ ਤੈਨੂੰ ਪਿਆਰ ਕਰਦਾ ਨਾ, ਮੈਂ ਤਾਂ ਤੇਰੇ ਨਾਲ ਰਹਿਣਾ। ਰਹਿਣ ਦਿਓ, ਮੈਨੂੰ ਪਤਾ ਲੱਗ ਗਿਆ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ। ਤੁਹਾਡੀ ਜਾਨ ਤਾਂ ਨਾ ਹਲੇ ਵੀ ਉਸ ਦੇਸ਼ੋਂ ਝਟਕੀ ਫਿਰਦੀ ਹੈ। ਨਹੀਂ ਨਹੀਂ ਬੇਬੀ, ਤੂੰ ਹਲੇ ਵੀ ਇੱਦਾਂ ਕਹਿ ਰਹੀ ਹੈ। ਬੇਬੀ ਹੁਣ ਤਾਂ ਮੈਂ ਸਾਰਾ ਕੁਛ ਛੱਡਤਾ, ਮੈਂ ਦੇਸ਼ੋਂ ਨੂੰ ਵੀ ਛੱਡਤਾ ਤੇ ਸਾਰੀਆਂ ਪੁਰਾਣੀਆਂ ਚੀਜ਼ਾਂ ਵੀ ਛੱਡਤੀਆਂ। ਹੁਣ ਤਾਂ ਮੈਂ ਉਹਨੂੰ ਤਲਾਕ ਦੇ ਕਾਗਜ਼ ਵੀ ਭੇਜਤੇ, ਹੁਣ ਤੇ ਨਾ ਜੋ ਵੀ ਹੈ ਨਾ ਸਭ ਕੁਛ ਤੂੰ ਹੈ ਮੇਰਾ। ਮੈਨੂੰ ਵੀ ਲੱਗਾ ਸੀ ਕਿ ਮੇਰੇ ਇਲਾਵਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਹੈ ਹੀ ਨਹੀਂ, ਤਾਂ ਹੀ ਉਹ ਤਾਂ ਮੈਂ ਫੈਸਲਾ ਕਰਕੇ ਆਈ ਸੀ ਤੁਹਾਡੇ ਨਾਲ ਮੈਂ ਇਸ ਘਰ ਦੇ ਵਿੱਚ ਰਹੂੰਗੀ।
ਪਰ ਬੇਬੀ ਨਹੀਂ, ਇਹ ਪਰਪੁਰ ਦੀ ਕੋਈ ਗੁੰਜਾਇਸ਼ ਨਹੀਂ। ਹੁਣ ਆਪਾਂ ਦੋਵਾਂ ਨੇ ਇਕੱਠੇ ਰਹਿਣਾ, ਮੈਂ ਤੈਨੂੰ ਪਿਆਰ ਕਰਦਾ ਨਾ। ਲੜਾਈ ਦਾ ਕੀ ਹੈ, ਉਹ ਤਾਂ ਸਾਰੇ ਘਰਾਂ 'ਚ ਹੁੰਦੀ ਰਹਿੰਦੀ ਹੈ। ਮੈਂ ਨਾ ਗਲਤੀ ਨਾਲ ਜ਼ਿਆਦਾ ਹੀ ਬੋਲ ਗਿਆ ਸੀ। ਜ਼ਿਆਦਾ ਬਹੁਤ ਜ਼ਿਆਦਾ ਬੋਲ ਗਏ ਅਰਮਾਨ, ਤੁਸੀਂ ਮੰਨਿਆ ਕਿ ਹਰ ਘਰ 'ਚ ਲੜਾਈ ਹੁੰਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇੰਨੀ ਲੜਾਈ ਕਰ ਲਓ ਜਿਹੜੀ ਬਾਅਦ 'ਚੋਂ ਸੰਭਲ ਵੀ ਨਾ ਪਾਵੇ। ਕੋਈ ਗੱਲ ਨਹੀਂ ਬੇਬੀ, ਆਪਾਂ ਦੋਵੇਂ ਬਹਿ ਕੇ ਗੱਲ ਕਰਦੇ ਹਾਂ। ਤੂੰ ਦੱਸ ਤੇਰੇ ਦਿਲ 'ਚ ਕੀ ਹੈ? ਨਹੀਂ, ਮੈਂ ਕੁਛ ਨਹੀਂ ਕਹਿਣਾ। ਕੀ ਪਤਾ ਤੁਹਾਨੂੰ ਮੇਰੀ ਗੱਲ ਚੰਗੀ ਲੱਗੇ ਜਾਂ ਨਾ ਲੱਗੇ। ਲੈ ਬੇਬੀ, ਕਿੱਦਾਂ ਦੀ ਗੱਲ ਕਰਤੀ? ਮੈਨੂੰ ਤੇਰੀ ਗੱਲ ਚੰਗੀ ਕਿਉਂ ਲੱਗੂਗੀ? ਤੂੰ ਦੱਸ, ਜੋ ਵੀ ਕਹਿਣਾ ਦੱਸ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਦੱਸ ਦਿੰਦੀ ਹਾਂ, ਪਰ ਸ਼ਾਇਦ ਤੁਹਾਨੂੰ ਚੰਗਾ ਨਾ ਲੱਗੇ। ਜਿੰਨੀ ਦੇਰ ਤੱਕ ਪੂਰਬ ਇਸ ਘਰ ਵਿੱਚ ਰਹੂਗਾ ਨਾ, ਅਸੀਂ ਇੱਕ ਦਿਨ ਵੀ ਚੈਨ ਨਾਲ ਨਹੀਂ ਰਹਿ ਸਕਦੇ। ਪਰ ਪੂਰਬ ਤਾਂ ਛੋਟਾ ਹੈ ਬੱਚਾ ਵਾ, ਉਹ ਸਾਨੂੰ ਕੀ ਕਹਿੰਦਾ? ਹਾਰ ਮਾਨ, ਪੂਰਬ ਤਾਂ ਸਾਨੂੰ ਕੁਛ ਨਹੀਂ ਕਹਿੰਦਾ, ਪਰ ਉਹ ਦੇਸ਼ੋ ਨਾ ਜ਼ਰੂਰ ਕੋਈ ਨਾ ਕੋਈ ਬਹਾਨਾ ਲਗਾ ਕੇ ਨਾ ਸਾਡੇ ਨਾਲ ਪੰਗਾ ਲੈਂਦੀ ਰਹੇਗੀ। ਤੇ ਤੈਨੂੰ ਕੀ ਲੱਗਦਾ ਕਿ ਦੇਸ਼ੋ ਤੇ ਪੰਗਿਆਂ ਕਰਕੇ ਸਾਡੀ ਜ਼ਿੰਦਗੀ ਨਰਕ ਬਣ ਜੂਗੀ? ਹਾਰ ਮਾਨ, ਮੈਨੂੰ ਪਤਾ ਸੀ ਮੈਂ ਇਸੇ ਕਰਕੇ ਤੁਹਾਨੂੰ ਗੱਲ ਨਹੀਂ ਸੀ ਦੱਸ ਰਹੀ, ਤੁਹਾਨੂੰ ਮੇਰੀ ਗੱਲ ਚੰਗੀ ਨਹੀਂ ਸੀ ਲੱਗਣੀ। ਨਹੀਂ ਨਹੀਂ, ਮੈਨੂੰ ਤੇਰੀ ਗੱਲ ਬੁਰੀ ਕਿਉਂ ਲੱਗੂਗੀ? ਤੂੰ ਦੱਸ ਤਾਂ ਸਹੀ, ਸਾਨੂੰ ਕਰਨਾ ਕੀ ਚਾਹੀਦਾ ਹੁਣ? ਇਹੀ ਤਾਂ ਸਮੱਸਿਆ ਕਿ ਅਸੀਂ ਕੁਛ ਕਰ ਵੀ ਕੀ ਸਕਦੇ ਹਾਂ। ਮੈਨੂੰ ਪਤਾ ਹੈ ਤੁਸੀਂ ਪੂਰਬ ਦੇ ਪਿਓ ਹੋ, ਤੁਸੀਂ ਉਹਨੂੰ ਬਹੁਤ ਪਿਆਰ ਕਰਦੇ ਹੋ। ਪੂਰਬ ਤਾਂ ਮੈਨੂੰ ਵੀ ਬਹੁਤ ਚੰਗਾ ਲੱਗਦਾ ਜਦੋਂ ਮੈਨੂੰ ਨਵੀਂ ਮੰਮੀ ਕਹਿ ਕੇ ਬੁਲਾਉਂਦਾ। ਸਹੀ ਗੱਲ ਹੈ, ਪੂਰਬ ਤਾਂ ਬਹੁਤ ਹੀ ਪਿਆਰਾ ਬੱਚਾ ਹੈ। ਹਾਰ ਮਾਨ, ਲੇਕਿਨ ਮੈਨੂੰ ਨਾ ਉਹਦੇ ਲਈ ਬਹੁਤ ਜ਼ਿਆਦਾ ਫਿਕਰ ਹੁੰਦੀ ਹੈ, ਕਿਤੇ ਵਿਚਾਰਾ ਛੋਟਾ ਜਿਹਾ ਬੱਚਾ ਕਚਹਿਰੀ 'ਚ ਐਵੇਂ ਕਸਟਡੀ ਦੇ ਕੇਸ 'ਚ ਰੋਲ ਨਾ ਜਾਏ। ਇਸੇ ਕਰਕੇ ਮੈਂ ਸੋਚ ਰਹੀ ਸੀ। ਤੂੰ ਕਹਿਣਾ ਕੀ ਚਾਹੁੰਦੀ ਹੈ, ਸਾਫ਼ ਸਾਫ਼ ਦੱਸ ਨਾ। ਨਹੀਂ ਅਰਮਾਨ, ਤੁਸੀਂ ਰਹਿਣ ਦਿਓ, ਐਵੇਂ ਤੁਹਾਨੂੰ ਬੁਰਾ ਲੱਗੇਗਾ। ਬੇਬੀ ਤੂੰ ਗੱਲ ਤਾਂ ਦੱਸ, ਤੂੰ ਕਹਿਣਾ ਕੀ ਚਾਹੁੰਦੀ ਹੈ? ਅਰਮਾਨ, ਮੈਂ ਸੋਚਦੀ ਪਈ ਸੀ ਕਿ ਜਿਵੇਂ ਤੁਸੀਂ ਪੂਰਬ ਦੇ ਪਿਓ ਹੋ, ਤੁਸੀਂ ਪੂਰਬ ਨੂੰ ਪਿਆਰ ਕਰਦੇ ਹੋ, ਉਵੇਂ ਉਹ ਦੇਸ਼ੋ ਵੀ ਨਾ ਪੂਰਬ ਦੀ ਮਾਂ ਆ, ਤੇ ਉਹ ਵੀ ਤਾਂ ਉਹਨੂੰ ਓਨਾ ਹੀ ਪਿਆਰ ਕਰਦੀ ਹੈ ਨਾ। ਮਤਲਬ ਤੇਰੇ ਕਹਿਣ ਦੇ ਹਿਸਾਬ ਨਾਲ ਮੈਨੂੰ ਪੂਰਬ ਨੂੰ ਉਹਦੀ ਮਾਂ ਕੋਲ ਛੱਡ ਦੇਣਾ ਚਾਹੀਦਾ? ਮੈਨੂੰ ਤਾਂ ਇਹੀ ਲੱਗਦਾ ਅਰਮਾਨ ਕਿ ਪੂਰਬ ਲਈ ਇਹੀ ਚੰਗਾ ਕਿ ਉਹ ਆਪਣੀ ਮਾਂ ਦੇ ਨਾਲ ਰਵੇ, ਤੇ ਦੇਸ਼ੋ ਵੀ ਪੂਰਬ ਨੂੰ ਲੈ ਕੇ ਨਾ ਕਿੱਧਰੇ ਦੂਰ ਚਲੀ ਜਾਏਗੀ, ਸਾਨੂੰ ਵੀ ਤੰਗ ਨਹੀਂ ਕਰੇਗੀ। ਸਿੰਪਲ, ਧਿਆਨ ਨਾਲ ਸੁਣ ਲੈ, ਪੂਰਬ ਮੇਰਾ ਪੁੱਤਰ ਹੈ, ਪੂਰਬ ਅਰੋੜਾ ਸਨ ਆਫ ਅਰਮਾਨ ਅਰੋੜਾ। ਹਾਂ, ਇਹੀ ਚੀਜ਼ ਤਾਂ ਦੇਸ਼ੋ ਵੀ ਨਹੀਂ ਬਦਲ ਸਕਦੀ ਨਾ ਕਿਸੇ ਵੀ ਕੀਮਤ ਤੇ। ਕਾਨੂੰਨ ਵੀ ਤਾਂ ਇਹੀ ਕਹਿੰਦਾ ਕਿ ਇੱਕ ਪਿਓ ਦਾ ਵੀ ਓਨਾ ਹੀ ਹੱਕ ਹੈ ਆਪਣੇ ਬੱਚੇ ਨੂੰ ਮਿਲਣ ਦਾ ਜਿੰਨਾ ਕਿ ਮਾਂ ਦਾ। ਤੇਰੇ ਕਹਿਣ ਦਾ ਮਤਲਬ ਕੀ ਹੈ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਪੂਰਬ ਨੂੰ ਨਾ ਹਰ ਐਤਵਾਰ ਮਿਲਿਆ ਕਰਾਂਗੇ, ਇਕੱਲੇ ਮਿਲਾਂਗੇ ਨਹੀਂ ਬਲਕਿ ਉਹਨੂੰ ਇਸ ਘਰ ਦੇ ਵਿੱਚ ਵੀ ਨਾਲ ਲੈ ਕੇ ਆਇਆ ਕਰਾਂਗੇ। ਅੱਛਾ, ਜੇ ਤੂੰ ਕਹੇਂਗੀ ਮੈਂ ਖੂਹ 'ਚ ਛਾਲ ਮਾਰ ਦਵਾਂ ਤੇ ਮੈਂ ਖੂਹ 'ਚ ਛਾਲ ਮਾਰ ਦੂੰਗਾ। ਨਹੀਂ ਅਰਮਾਨ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜੇ ਤੁਹਾਨੂੰ ਚੰਗਾ ਲੱਗੇ ਤਾਂ ਹੀ। ਅੱਛਾ, ਤੇ ਤੇਰੇ ਕਹਿਣ ਦਾ ਮਤਲਬ ਜੇ ਮੈਨੂੰ ਚੰਗਾ ਲੱਗੇ ਤੇ ਮੈਂ ਪੂਰਬ ਨੂੰ ਆਪਣੇ ਤੋਂ ਦੂਰ ਕਰ ਦਵਾਂ, ਉਹਨੂੰ ਧੱਕੇ ਖਾਣ ਲਈ ਛੱਡ ਦਵਾਂ? ਮੇਰੀ ਗੱਲ ਦਾ ਉਹ ਮਤਲਬ ਨਹੀਂ ਸੀ ਅਰਮਾਨ। ਤੇਰਾ ਜੋ ਵੀ ਮਤਲਬ ਹੋਵੇ, ਪਰ ਇੱਕ ਗੱਲ ਬੜੇ ਧਿਆਨ ਨਾਲ ਸੁਣ ਲਾ ਕਿ ਸਾਡੇ ਘਰ 'ਚ ਨਾ ਰਿਵਾਜ ਨਹੀਂ ਹੈ ਕਿ ਬੱਚੇ ਨੂੰ ਇੱਥੋਂ ਬਾਹਰ ਕੱਢ ਦਿੱਤਾ ਜਾਵੇ। ਪਰ ਦੇਸ਼ੋ ਪੂਰਬ ਦੀ ਮਾਂ ਆ,
ਮਾਂ ਨਾ ਆਪਣੇ ਬੱਚੇ ਨੂੰ ਖਵਾ ਪਿਆ ਸਕਦੀ ਹੈ, ਸਕੂਲ ਤੋਰ ਸਕਦੀ ਹੈ, ਲੋਰੀ ਗਾ ਕੇ ਸੁਣਾ ਸਕਦੀ ਹੈ, ਪਰ ਇਹਦਾ ਮਤਲਬ ਆ ਨਹੀਂ ਕਿ ਬੱਚਾ ਆਪਣੇ ਪਿਓ ਦੇ ਘਰ ਨੂੰ ਛੱਡ ਕੇ ਚੱਲ ਜਾਵੇ। ਔਰ ਲੋਕ ਕੀ ਕਹਿਣਗੇ? ਲੋਕ ਤਾਂ ਤੁਹਾਨੂੰ ਚੰਗਾ ਹੀ ਕਹਿਣਗੇ ਨਾ ਅਰਮਾਨ, ਕਿ ਤੁਸੀਂ ਇੱਕ ਬੱਚੇ ਨੂੰ ਉਹਦੀ ਮਾਂ ਤੋਂ ਵੱਖ ਨਹੀਂ ਕੀਤਾ। ਬਕਵਾਸ! ਔਰ ਲੋਕ ਥੂ ਥੂ ਕਰਨਗੇ, ਉਹ ਕਹਿਣਗੇ ਆਪਣੇ ਬੱਚੇ ਨੂੰ ਨਹੀਂ ਸੰਭਾਲ ਸਕਿਆ, ਆਪਣੀ ਵੋਟੀ ਨੂੰ ਤਾਂ ਘਰੋਂ ਬਾਹਰ ਕੱਢ ਦਿੱਤਾ, ਆਪਣੇ ਬੱਚੇ ਨੂੰ ਵੀ ਕੱਢਣ ਨੂੰ ਫਿਰਦਾ। ਤੁਸੀਂ ਮੇਰੀ ਗੱਲ ਠੰਡੇ ਦਿਮਾਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਤੂੰ ਬਸ ਆਪਣਾ ਮੂੰਹ ਬੰਦ ਰੱਖ ਤੇ ਮੇਰਾ ਦਿਮਾਗ ਬਿਲਕੁਲ ਖਰਾਬ ਨਾ ਕਰ। ਮੈਂ ਤੁਹਾਡਾ ਦਿਮਾਗ ਨਹੀਂ ਖਰਾਬ ਕਰਦੀ ਵੀ, ਮੈਂ ਤੇ ਤੁਹਾਡੇ ਦਿਮਾਗ 'ਚ ਇਹ ਗੱਲ ਪਾਣਾ ਚਾਹੁੰਦੀ ਆ ਕਿ ਪੂਰਬ ਨੂੰ ਦੇਸ਼ੋ ਦੇ ਨਾਲ ਤੋੜ ਦਿੱਤਾ ਜਾਵੇ ਤਾਂ ਚੰਗਾ, ਤਾਂਹੀਓ ਅਸੀਂ ਚੈਨ ਦੇ ਨਾਲ ਰਹਿ ਪਾਉਂਗੇ। ਮੈਨੂੰ ਨਹੀਂ ਚਾਹੀਦੀ ਕੋਈ ਇਹੋ ਜਿਹੀ ਚੈਨ ਦੀ ਜ਼ਿੰਦਗੀ ਜਿਹਦੇ ਵਿੱਚ ਮੇਰਾ ਪੁੱਤ ਪੂਰਬ ਨਾ ਹੋਵੇ, ਤੇ ਅੱਗੇ ਤੋਂ ਇਹੋ ਜਿਹੀਆਂ ਬਕਵਾਸ ਸਲਾਹਾਂ ਦੇਣ ਦੀ ਬਿਲਕੁਲ ਲੋੜ ਨਹੀਂ। ਤੁਸੀਂ ਮੰਨਦੇ ਨਹੀਂ ਨਾ ਮੈਡਮ ਜੀ? ਹਾਂ ਨਹੀਂ ਮੰਨਦੀ, ਤੂੰ ਵੀ ਲਾ ਲਾ ਜੋ। ਨਾ ਨਾ ਮੈਂ ਨਹੀਂ ਲੈਂਦਾ ਪੰਗੇ, ਵੈਸੇ ਵੀ ਤੁਸੀਂ ਸਾਰਾ ਸਮਾਨ ਬੰਨ ਹੀ ਲਿਆ। ਤੈਨੂੰ ਦੱਸਿਆ ਤਾਂ ਸੀ। ਤੁਸੀਂ ਤਾਂ ਰਹਿਣ ਹੀ ਦਿਓ ਮੈਡਮ ਜੀ, ਕਈ ਵਾਰ ਤੁਸੀਂ ਰਾਤੋ ਰਾਤ ਹੇਠਲੀ ਉੱਤੇ ਕਰ ਦਿੰਦੇ ਹੋ, ਤੁਹਾਡੇ ਤਾਂ ਪਤਾ ਹੀ ਨਹੀਂ ਲੱਗਦਾ ਕੁਛ। ਇਸ ਵਾਰ ਮੇਰੀ ਸਕਿਨ ਪੱਕੀ ਹੈ। ਕੱਲ ਤਾਂ ਤੁਸੀਂ ਕੁਛ ਪੱਲੇ ਹੀ ਨਹੀਂ ਪਾਇਆ, ਘੱਟੋ ਘੱਟ ਅੱਜ ਤਾਂ ਦੱਸ ਦੋ। ਮੈਂ ਤੈਨੂੰ ਕਿਹਾ ਨਾ ਮੈਂ ਬਾਅਦ 'ਚ ਪੱਲੇ ਪਾਉਂਗੀ, ਪਹਿਲੇ ਤੂੰ ਮੇਰੇ ਪੱਲੇ ਪਾ। ਸਕਿਨ ਦਾ ਬਾਅਦ ਦੀ ਗੱਲ ਹੈ, ਕੇਸ ਜਿੱਤਣਾ ਜ਼ਰੂਰੀ ਹੈ ਪਹਿਲਾਂ। ਤਾਂਹੀਓ ਤਾਂ ਕਹਿ ਰਿਹਾ ਮੈਡਮ ਜੀ, ਤੁਸੀਂ ਕੁਛ ਦੱਸੋ ਤਾਂ ਸਹੀ। ਵੈਸੇ ਵੀ ਕੇਸ ਦੀ ਤਿਆਰੀ ਤਾਂ ਮੈਂ ਸ਼ੁਰੂ ਕਰ ਹੀ ਦਿੱਤੀ ਹੈ। ਕਿਹੜੀ ਤਿਆਰੀ? ਉਹ ਤਾਂ ਵਕੀਲ ਸਾਹਿਬਾ ਹੀ ਦੱਸਣਗੇ। ਪਰ ਵਕੀਲ ਸਾਹਿਬਾ ਰਹਿ ਕਿੱਥੇ ਗਈ? ਮੈਡਮ ਜੀ ਤੁਸੀਂ ਬਾਹਰ ਕਿਉਂ ਖੜੇ ਹੋ? ਅੰਦਰ ਆ ਜਾਓ। ਮੈਂ ਕਿਹਾ ਪਹਿਲਾਂ ਤੁਸੀਂ ਗੱਲ ਕਰ ਲਓ, ਫਿਰ ਹੀ ਆਉਣੀ ਆ। ਨਹੀਂ ਜੀ ਮੈਂ ਕਿਹੜਾ ਗੱਲ ਕਰਨੀ ਹੈ ਜੀ, ਮੈਂ ਯੱਕੜੀ ਮਾਰਨੇ, ਉਹ ਮੈਂ ਤੁਹਾਡੇ ਸਾਹਮਣੇ ਬਹਿ ਕੇ ਮਾਰ ਲੂੰਗਾ। ਮੈਡਮ ਜੀ ਤੁਸੀਂ ਆਓ, ਬੈਠੋ, ਆ ਜਾਓ। ਸਤਿ ਸ਼੍ਰੀ ਅਕਾਲ। ਹਾਏ, ਮੈਂ ਆਕਾਂਸ਼ੀ ਖੰਨਾ। ਮੈਂ ਜੀ ਦੇਸ਼ੋ, ਦੇਸ਼ਪ੍ਰੀਤ ਕੌਰ। ਕੌਨਫੀਡੈਂਸ ਬਿਲਡਅਪ ਕਰਨਾ ਪੈਣਾ ਹੈ ਮੈਡਮ ਦਾ। ਹਾਂਜੀ ਹਾਂਜੀ, ਦੇਸ਼ੋ ਮੈਡਮ ਜੀ, ਇਹ ਨੇ ਮੈਡਮ ਆਕਾਂਸ਼ੀ ਖੰਨਾ। ਚੰਡੀਗੜ੍ਹ ਦੇ ਬਿਹਤਰੀਨ ਵਕੀਲਾਂ ਵਿੱਚੋਂ ਨਾਂ ਆਉਂਦਾ ਇਹਨਾਂ ਦਾ, ਫੀਮੇਲ ਵਕੀਲ ਤਾਂ ਹੈ ਹੀ ਨਹੀਂ ਇਹਨਾਂ ਦੇ ਵਰਗਾ ਕੋਈ। ਹੁਣ ਸਾਡੇ ਕੇਸ ਵਿੱਚ ਵੀ ਦਾਅ ਪੇਚ ਲਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ। ਸ਼ਿਵਮ, ਇੱਕ ਮਿੰਟ। ਸ਼ਿਵਮ, ਇਹਨਾਂ ਦੀ ਤਾਂ ਫੀਸ ਹੀ ਬਹੁਤ ਹੋਣੀ ਹੈ। ਮੈਡਮ ਜੀ ਤੁਸੀਂ ਹੁਣ ਬਿਜ਼ਨਸ ਵੂਮੈਨ ਹੋ, ਆਮ ਜਿਹੀ ਜਨਾਨੀ ਵਾਲੀਆਂ ਗੱਲਾਂ ਨਾ ਕਰਿਆ ਕਰੋ ਤੁਸੀਂ। ਮੈਂ ਤੁਹਾਡੇ ਵਾਸਤੇ ਚਾਹ ਬਣਾਵਾਂ? ਨਹੀਂ ਨਹੀਂ, ਚਾਹ ਬਾਅਦ 'ਚ, ਪਹਿਲਾਂ ਅਸੀਂ ਕੰਮ ਦੀ ਗੱਲ ਕਰਦੇ ਹਾਂ। ਹਾਂਜੀ ਹਾਂਜੀ। ਸੋ ਹੁਣ ਅਸੀਂ ਤੁਹਾਡੇ ਕੇਸ ਬਾਰੇ ਗੱਲ ਕਰਦੇ ਹਾਂ। ਪਰ ਥੋੜਾ ਟਾਈਮ ਲੱਗੇਗਾ, ਕੋਰਟ ਕੇਸ ਹੈ। ਸੋ ਕਿੰਨਾ ਕੁ ਸਮਾਂ ਲੱਗੂਗਾ? ਯੂ ਡੋਂਟ ਵਰੀ, ਮੈਂ ਕਈ ਸਾਲਾਂ ਤੋਂ ਇਹੋ ਜਿਹੇ ਕੇਸ ਲੜ ਰਹੀ ਹਾਂ, ਸੋ ਮੈਨੂੰ ਪਤਾ ਹੈ ਕਿ ਕੇਸ ਨੂੰ ਕਿਵੇਂ ਸਪੀਡ ਅਪ ਕਰਨਾ ਹੈ। ਹਾਂਜੀ, ਤੁਹਾਨੂੰ ਤਾਂ ਪਤਾ ਹੀ ਹੈ ਸਭ ਕੁਝ ਕੇਸ ਬਾਰੇ। ਮੈਡਮ ਜੀ ਢਿੱਲੇ ਹੋ ਕੇ ਨਹੀਂ ਸਰਨਾ, ਤੇਜ਼ ਹੋਵੋ, ਕੇਸ ਨਹੀਂ ਲੜਨਾ, ਇਹ ਮਜ਼ਾਕ ਥੋੜੀ ਹੈ ਕੋਈ। ਠੀਕ ਹੈ, ਅਬ ਕੇਸ ਤਾਂ ਮੈਡਮ ਜੀ ਨੂੰ ਪਤਾ ਹੀ ਹੈ ਕਿੱਦਾਂ ਲੜਨਾ ਹੈ, ਬਾਕੀ ਤੂੰ ਕਾਗਜ਼ ਤਾਂ ਦਿਖਾਈ ਦਿੱਤਾ ਹੈ ਮੈਡਮ ਜੀ ਨੂੰ। ਹਾਂ, ਜਿਹੜੇ ਨੋਟਿਸ ਤੁਹਾਡੇ ਹਸਬੈਂਡ ਨੇ ਤੁਹਾਨੂੰ ਭੇਜੇ ਆ ਉਹ ਮੈਂ ਦੇਖ ਲਏ ਆ, ਪਰ ਸਾਨੂੰ ਵੀ ਉਹਨੂੰ ਨੋਟਿਸ ਭੇਜਣਾ ਪੈਣਾ।
ਹਾਂ ਜੀ, ਉਹ ਮੈਨੂੰ ਸ਼ਿਵਮ ਨੇ ਦੱਸਿਆ ਕਿ ਸਾਨੂੰ ਵੀ ਜਵਾਬ ਦੇਣਾ ਹੀ ਪੈਣਾ ਉਹਨਾਂ ਨੂੰ। ਕੱਲਾ ਜਵਾਬ ਨਹੀਂ, ਹੁਣ ਅਸੀਂ ਵੀ ਤੁਹਾਡੇ ਬੇਟੇ ਦੀ ਕਸਟਡੀ ਦਾ ਨੋਟਿਸ ਭੇਜਾਂਗੇ ਤੇ ਅਲੀਮਨੀ ਦਾ ਵੀ। ਅਲੀਮਨੀ ਗੁਜ਼ਾਰਾ ਭੱਤਾ ਕਹਿੰਦੇ ਨੇ ਪੰਜਾਬੀ ਵਿੱਚ। ਤੁਹਾਡੇ ਹਸਬੈਂਡ ਦੀ ਰਿਸਪੋਂਸੀਬਿਲਟੀ ਹੈ ਤੁਹਾਨੂੰ ਪਾਲਣਾ। ਸੋ ਜੇ ਉਹ ਤੁਹਾਡੇ ਕੋਲੋਂ ਤਲਾਕ ਲੈਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਖਰਚਾ ਦੇਣਾ ਹੀ ਪੈਣਾ। ਪਰ ਖਰਚੇ ਲਈ ਤਾਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਹੈ ਨਾ। ਉਹ ਵਧੀਆ ਗੱਲ ਹੈ, ਪਰ ਤੁਸੀਂ ਆਪਣੇ ਹਸਬੈਂਡ ਕੋਲੋਂ ਤਲਾਕ ਤਾਂ ਨਹੀਂ ਮੰਗਿਆ ਨਾ, ਨਾ ਕਿਸੇ ਹੋਰ ਨਾਲ ਰਹਿਣਾ ਸ਼ੁਰੂ ਕੀਤਾ, ਸੋ ਉਹਨਾਂ ਨੂੰ ਖਰਚਾ ਦੇਣਾ ਹੀ ਪਏਗਾ। ਵਕੀਲ ਸਾਹਿਬਾ ਜੋ ਵੀ ਕਹਿ ਰਹੇ ਨੇ ਉਹ ਸਹੀ ਕਹਿ ਰਹੇ ਨੇ। ਨਾਲੇ ਸਾਨੂੰ ਇੱਕ ਹੋਰ ਫਾਇਦਾ ਹੋਊਗਾ। ਪਰ ਮੈਨੂੰ ਕੋਈ ਖਰਚਾ ਖੁਰਚਾ ਨਹੀਂ ਚਾਹੀਦਾ, ਮੈਂ ਤਾਂ ਬਸ ਆਪਣੇ ਪੂਰਬ ਨੂੰ ਆਪਣੇ ਕੋਲ ਲੈ ਕੇ ਆਉਣਾ ਵਾਪਸ। ਪੂਰਬ ਆ ਜਾਏਗਾ, ਨਾਲੇ ਤੁਹਾਡਾ ਕੇਸ ਜਿੱਤਣ ਤੋਂ ਬਾਅਦ ਜਿਹੜਾ ਵੀ ਖਰਚਾ ਹੋਏਗਾ ਉਹ ਤੁਹਾਡੇ ਹਸਬੈਂਡ ਨੂੰ ਤੁਹਾਨੂੰ ਦੇਣਾ ਹੀ ਪਏਗਾ। ਵਕੀਲ ਸਾਹਿਬਾ, ਮੈਨੂੰ ਤਾਂ ਅੱਗੇ ਹੀ ਨਹੀਂ ਪਤਾ ਇਹ ਕੇਸਾਂ ਕਚਹਿਰੀਆਂ ਦਾ ਕੁਝ ਵੀ, ਤੇ ਤੁਸੀਂ ਕਹਿੰਦੇ ਹੋ ਕੇਸ ਵੀ ਕਰਨਾ ਪੈਣਾ, ਮੈਂ ਕਿਤੇ ਉਲਝ ਨਾ ਜਾਵਾਂ। ਕੋਰਟਸ 'ਚ ਸਭ ਕੁਛ ਇੰਨਾ ਸਿੱਧਾ ਨਹੀਂ ਹੁੰਦਾ ਮੈਡਮ ਜੀ, ਕਈ ਵਾਰ ਚੀਜ਼ਾਂ ਉਲਝਾਉਣੀਆਂ ਪੈਂਦੀਆਂ ਨੇ। ਤੁਹਾਡੇ ਹਸਬੈਂਡ ਨੇ ਕਾਨੂੰਨੀ ਨੋਟਿਸ ਭੇਜਿਆ ਹੈ ਤੇ ਸਾਨੂੰ ਵੀ ਕਾਨੂੰਨੀ ਨੋਟਿਸ ਭੇਜਣਾ ਚਾਹੀਦਾ ਹੈ ਨਾ। ਬਾਕੀ ਕੇਸ ਦਾ ਫਿਕਰ ਨਾ ਕਰੋ, ਕੇਸ ਦਾ ਤੁਸੀਂ ਜਿੱਤ ਹੀ ਜਾਣਾ। ਇਹ ਤਾਂ ਮੈਂ ਸ਼ਿਵਮ ਨੂੰ ਪਹਿਲਾਂ ਹੀ ਦੱਸਿਆ ਸੀ, ਕੋਰਟ ਕੇਸ ਹੈ, ਖਰਚਾ ਤਾਂ ਹੋਊਗਾ ਹੀ। ਤੁਸੀਂ ਖਰਚੇ ਦੀ ਫਿਕਰ ਨਾ ਕਰੋ ਵਕੀਲ ਸਾਹਿਬਾ, ਮੈਂ ਪੂਰੀ ਮਿਹਨਤ ਕਰਾਂਗੀ ਤੇ ਆਪਣਾ ਕੰਮ ਵੀ ਵਧਾਵਾਂਗੀ, ਪਰ ਮੈਂ ਪੂਰਬ ਨੂੰ ਆਪਣੇ ਆਪ ਤੋਂ ਵੱਖ ਨਹੀਂ ਹੋਣ ਦੇਣਾ। ਕਿਤੇ ਨਹੀਂ ਦੂਰ ਜਾਂਦਾ ਤੁਹਾਡਾ ਬੇਟਾ, ਮੈਂ ਜਾਣ ਹੀ ਨਹੀਂ ਦੇਣਾ, ਪਰ ਹੁਣ ਮੇਰੇ ਜਾਣ ਦਾ ਸਮਾਂ ਹੋ ਗਿਆ। ਤੇ ਇਹ ਪ੍ਰੋਸੈਸ, ਇਹ ਨੋਟਿਸ ਦਾ ਜਵਾਬ ਤੇ ਆਪਣਾ ਨੋਟਿਸ, ਬਸ ਹੁਣ ਮੈਂ ਕੇਸ ਹੀ ਪ੍ਰਿਪੇਅਰ ਕਰਨਾ ਤੇ ਪੇਪਰ ਵੀ ਤਿਆਰ ਹੋ ਜਾਣਗੇ, ਪਰ ਉਦੋਂ ਤੱਕ ਤੁਹਾਨੂੰ ਇੱਕ ਗੱਲ ਦਾ ਖਿਆਲ ਰੱਖਣਾ ਪੈਣਾ ਮੈਡਮ ਜੀ। ਹਾਂਜੀ ਹਾਂਜੀ, ਦੱਸੋ ਵਕੀਲ ਸਾਹਿਬਾ ਕੀ ਗੱਲ। ਤੁਸੀਂ ਉਹਨਾਂ ਦੇ ਭੇਜੇ ਕਿਸੇ ਵੀ ਪੇਪਰ ਤੇ ਸਿਗਨੇਚਰ ਨਹੀਂ ਕਰਨੀ। ਠੀਕ ਹੈ ਜੀ, ਠੀਕ ਹੈ ਫਿਰ ਮੈਂ ਚੱਲ। ਮੈਡਮ ਜੀ, ਮੈਂ ਵਕੀਲ ਸਾਹਿਬਾ ਨੂੰ ਬਾਹਰ ਤੱਕ ਛੱਡ ਗਿਆ। ਹਾਂਜੀ ਹਾਂਜੀ, ਸੱਚੇ ਪਾਤਸ਼ਾਹ ਕਿਹੋ ਜਿਹੀ ਰਾਤ ਤੇ ਤੋਰਨ ਲੱਗੇ ਹੋ ਤੁਸੀਂ ਮੈਨੂੰ, ਮੇਰਾ ਦਿਲ ਹੁਣੇ ਹੀ ਕੰਬੀ ਜਾਂਦਾ। ਮੈਂ ਅਰਮਾਨ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਦੇ ਖਿਲਾਫ ਕੇਸ ਲੜਾਂਗੀ। ਉਹ ਅਰਮਾਨ ਜਿਨ੍ਹਾਂ ਨੂੰ ਮੈਂ ਸੋਚਿਆ ਸੀ ਕਿ ਉਹ ਹਰ ਮੋੜ ਤੇ ਮੇਰੇ ਨਾਲ ਖੜੇ ਹੋਣਗੇ, ਪਰ ਉਹ ਤਾਂ ਅੱਜ ਮੇਰੇ ਸਾਹਮਣੇ ਖੜੇ ਨੇ, ਮੇਰੇ ਖਿਲਾਫ ਮੇਰੇ ਨਾਲ ਹੀ ਟਕਰਾਉਣ ਨੂੰ ਫਿਰਦੇ ਨੇ। ਕਿਹੋ ਜਿਹੇ ਰੰਗ ਦਿਖਾ ਰਹੇ ਹੋ ਤੁਸੀਂ ਵਾਹਿਗੁਰੂ ਜੀ। ਠੀਕ ਹੈ ਵਾਹਿਗੁਰੂ ਜੀ, ਜੇ ਆਈ ਤੁਹਾਡੀ ਰਜ਼ਾ ਹੈ ਤੇ ਆਈ ਸਹੀ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਅਰਮਾਨ ਨਾਲ ਲੜਾਂ ਤਾਂ ਮੈਂ ਲੜਾਂਗੀ, ਮੈਂ ਅਰਮਾਨ ਦਾ ਸਾਹਮਣਾ ਕਰਾਂਗੀ ਕਚੇਰੀ ਵਿੱਚ, ਉਹਦੇ ਲਈ ਆਪਣੇ ਪੈਰਾਂ ਤੇ ਖੜੀ ਵੀ ਹੋਵਾਂਗੀ, ਪਰ ਆਪਣੇ ਪੁੱਤ ਨੂੰ ਆਪਣੇ ਆਪ ਤੋਂ ਵੱਖ ਨਹੀਂ ਹੋਣ ਦੇਣਾ ਮੈਂ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕਚਹਿਰੀ ਵਿੱਚ ਉਹਨਾਂ ਦਾ ਸਾਹਮਣਾ ਕਰਾਂ ਤਾਂ ਮੈਂ ਉਹ ਵੀ ਕਰਾਂਗੀ, ਪਰ ਆਪਣੇ ਪੁੱਤ ਨੂੰ ਆਪਣੇ ਆਪ ਤੋਂ ਵੱਖ ਨਹੀਂ ਹੋਣ ਦੇਣਾ। ਮੇਰਾ ਪੁੱਤ ਹੁਣ ਕਦੇ ਵੀ ਆਪਣੇ ਮਾਂ ਨੂੰ ਚੇਤੇ ਕਰਕੇ ਨਹੀਂ ਰੋਏਗਾ। ਮੈਨੂੰ ਪਤਾ ਹੈ ਵਾਹਿਗੁਰੂ ਜੀ, ਇਹ ਮੇਰੇ ਹੱਕ ਦੀ ਲੜਾਈ ਹੈ ਤੇ ਇਸ ਲੜਾਈ ਵਿੱਚ ਤੁਹਾਨੂੰ ਮੇਰਾ ਸਹਾਰਾ ਬਣਨਾ ਹੀ ਪਊਗਾ, ਇਸ ਬੇਸਹਾਰਾ ਮਾਂ ਦਾ ਸਹਾਰਾ ਤੁਹਾਨੂੰ ਬਣਨਾ ਹੀ ਪਊਗਾ ਵਾਹਿਗੁਰੂ ਜੀ। ਤੇ ਇਹੋ ਜਿਹਾ ਸਹਾਰਾ ਜਿਹਦੇ ਸਾਹਮਣੇ ਖੜਿਆ
ਮੇਰਾ ਵਿਸ਼ਵਾਸ ਅਰਮਾਨ ਦੇ ਸਾਹਮਣੇ ਇੱਕ ਮਿੰਟ ਵਾਸਤੇ ਵੀ ਨਾ ਡੋਲੇ। ਮੈਂ ਤਾਂ ਹੁਣ ਵਿਖੜੇ ਪਿੰਡ ਲਈ ਵੀ ਆਪਣਾ ਸਮਾਨ ਸਮੇਟ ਲਿਆ, ਹੁਣ ਭਾਵੇਂ ਮੈਨੂੰ ਅਰਮਾਨ ਦਾ ਰੋਜ਼ ਸਾਹਮਣਾ ਕਰਨਾ ਪਵੇ, ਪਰ ਆਪਣੇ ਪੁੱਤ ਨੂੰ ਇੱਕ ਦਿਨ ਵੀ ਆਪਣੇ ਆਪ ਤੋਂ ਵੱਖ ਨਹੀਂ ਰਹਿਣ ਦੇਣਾ ਮੈਂ। ਕਿਰਪਾ ਕਰਿਓ ਵਾਹਿਗੁਰੂ ਜੀ, ਬਲ ਬਖਸ਼ਿਓ, ਮਿਹਰ ਕਰਿਓ। ਤਿਆਰ ਹੋਣਾ ਮੈਡਮ ਜੀ। ਹਾਂ ਸ਼ਿਵਮ, ਮੈਂ ਤਿਆਰ ਹਾਂ।